ਤੁਸੀਂ ਵੱਖ-ਵੱਖ ਵਿਆਹ ਸ਼ਾਦੀਆਂ ਵੇਖੀਆਂ ਹੋਣਗੀਆਂ, ਪਰ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿਖੇ ਇੱਕ ਵੱਖਰਾ ਵਿਆਹ ਦੇਖਣ ਨੂੰ ਮਿਲਿਆ। ਇਹ ਵਿਆਹ ਸ਼ਮਸ਼ਾਨ ਘਾਟ ਦੇ ਅੰਦਰ ਕੀਤਾ ਗਿਆ, ਜਿੱਥੇ ਕਿ ਲਾੜੇ ਦੀ ਬਰਾਤ ਸ਼ਮਸ਼ਾਨ ਘਾਟ ਦੇ ਅੰਦਰ ਪਹੁੰਚਦੀ ਹੈ ਅਤੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਹਰ ਕੋਈ ਇਸ ਗੱਲ ਨੂੰ ਸੁਣ ਕੇ ਹੈਰਾਨ ਹੈ, ਪਰ ਇਸ ਪਿੱਛੇ ਦੀ ਕਹਾਣੀ ਦਰਸਾਉਂਦੀ ਹੈ ਕਿ ਸ਼ਮਸ਼ਾਨ ਘਾਟ ਦੇ ਅੰਦਰ ਹੀ ਇੱਕ ਦਾਦਾ ਦਾਦੀ ਅਤੇ ਉਹਨਾਂ ਦੀ ਪੋਤੀ ਬੀਤੇ ਕਈ ਸਾਲਾਂ ਤੋਂ ਰਹਿ ਰਹੇ ਸਨ ਅਤੇ ਗਰੀਬੀ ਦੇ ਚੱਲਦਿਆਂ ਉਹ ਅੰਦਰ ਹੀ ਇੱਕ ਕਮਰੇ ਵਿੱਚ ਰਹਿੰਦੇ ਸਨ। ਕੁਝ ਸਮਾਂ ਪਹਿਲਾਂ ਹੀ ਲੜਕੀ ਦੇ ਦਾਦੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਦਾਦੀ ਅਤੇ ਪੋਤੀ ਇਕੱਲਿਆਂ ਹੀ ਆਪਣਾ ਜੀਵਨ ਬਿਤਾਉਂਦੀਆਂ ਹਨ। ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੇ ਬਜ਼ੁਰਗ ਮਹਿਲਾ ਦਾ ਸਹਿਯੋਗ ਦਿੱਤਾ ਅਤੇ ਉਸ ਦੀ ਪੋਤੀ ਦਾ ਇੱਕ ਵਧੀਆ ਘਰ ਵਿੱਚ ਵਿਆਹ ਕਰਵਾਇਆ। ਹਾਲਾਂਕਿ ਕਈ ਲੋਕਾਂ ਨੇ ਇਹ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਇਸ ਜੋੜੇ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਸ਼ਮਸ਼ਾਨ ਘਾਟ ਦੇ ਅੰਦਰ ਹੀ ਕੀਤੀਆਂ ਗਈਆਂ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਅਤੇ ਜਿਹੜੀ ਅੱਜ ਆ ਬੇਟੀ ਦਾ ਵਿਆਹ ਹੋਇਆ ਹੈ ਜੀ, ਇਹ ਬੇਟੀ ਕਾਫੀ ਲੌਂਗ ਟਾਈਮ ਤੋਂ ਮੜੀਆਂ ਵਿੱਚ ਰਹਿੰਦੇ ਸੀ ਜੀ, ਦਾਦੀ ਪੋਤੇ ਅਤੇ ਦਾਦਾ ਰਹਿੰਦਾ ਸੀ ਜੀ। ਥੋੜ੍ਹੇ ਟਾਈਮ ਪਹਿਲੇ ਇਹਨਾਂ ਦਾਦਾ ਜੀ ਦੀ ਡੈਥ ਹੋ ਗਈ ਸੀ, ਦਾਦੀ ਅਤੇ ਪੋਤੀ ਰਹਿ ਗਈ ਸੀ ਜੀ। ਇਹ ਜਿਹੜੀ ਮੜੀਆਂ ਨੇ ਇਹ ਬਿੱਲੇ ਵਾਲੇ ਚੌਂਕ ਮੋਹਕਮਪੁਰੇ ਮੜੀਆਂ ਨੇ ਸਾਡੀਆਂ, ਅਤੇ ਪਰਿਵਾਰ ਕਾਫੀ ਟਾਈਮ ਤੋਂ ਉੱਥੇ ਰਹਿੰਦੇ, ਗਰੀਬ ਪਰਿਵਾਰ ਆ ਜੀ। ਅਤੇ ਜਿਸ ਉਸੇ ਕੁੜੀ ਦਾ ਅਸੀਂ ਵਿਆਹ ਜਿਹੜਾ ਅਸੀਂ ਸਾਰੇ ਮਹੱਲਾ ਇਲਾਕਾ ਨਿਵਾਸੀਆਂ ਦੀ ਸੰਯੋਗ ਨਾਲ ਕੀਤਾ ਹੈ ਜੀ। ਇਲਾਕਾ ਨਿਵਾਸੀਆਂ ਨੇ ਸਾਰਾ ਸਹਿਯੋਗ ਕੀਤਾ ਆ ਜੀ, ਜੋ ਵੀ ਲੈ ਕੇ ਆਪਣਾ ਸ਼ਗਨ ਤੋਂ ਲੈ ਕੇ ਜਿੰਨਾ ਵੀ ਹੋਰ ਕੰਮ ਕਾਰ ਰੋਟੀ ਪਾਣੀ ਤੋਂ ਲੈ ਕੇ ਜਿੰਨਾ ਵੀ ਕੰਮ ਹੈ ਸਾਰਾ ਇਲਾਕਾ ਨਿਵਾਸੀਆਂ ਨੇ ਸਾਡੇ ਨਾਲ ਰਲ ਕੇ ਕੀਤਾ ਜੀ। ਅਤੇ ਅਸੀਂ ਜਦੋਂ ਬਰਾਤ ਆਈ ਆ ਤਾਂ ਸਿੱਧੀ ਲਾੜੀ ਦੀ ਗੱਡੀ ਵੀ ਅੰਦਰ ਹੀ ਆਈ ਆ ਜੀ, ਸ਼ਮਸ਼ਾਨ ਘਾਟ ਦੇ ਸਭ ਕੁਛ ਪਰੇ ਰੱਖ ਕੇ ਅੱਜ ਉਹ ਕੁੜੀ ਨੂੰ ਉੱਥੋਂ ਲੈ ਕੇ ਗਏ ਨੇ, ਇਹਨਾਂ ਨੇ ਸਾਰਾ ਕੁਛ ਹੀ ਸਾਈਡ 'ਤੇ ਰੱਖ ਦਿੱਤਾ। ਅਸੀਂ ਲੋਕਾਂ ਨੂੰ ਵੀ ਇਹੀ ਕਹਾਂਗੇ ਜੀ, ਸ਼ਮਸ਼ਾਨ ਘਾਟ ਤੋਂ ਤੁਸੀਂ ਭੱਜਦੇ ਜੇ, ਪਰ ਇੱਥੋਂ ਅੱਜ ਅਸੀਂ ਆਪਣਾ ਇੱਕ ਡੋਲੀ ਵਿਦਾ ਕੀਤੀ ਆ ਜੀ, ਵੱਡੇ ਵੱਡੇ ਪੈਲਸਾਂ ਨੂੰ ਛੱਡ ਕੇ ਅੱਜ ਸ਼ਮਸ਼ਾਨ ਘਾਟ ਤੋਂ ਵੀ ਡੋਲੀ ਵਿਦਾ ਕੀਤੀ ਆ ਜੀ ਅਸੀਂ। ਅਤੇ ਅਸਲੀ ਘਰ ਤਾਂ ਇਹੀ ਬਣਦਾ ਹੈ ਸਾਡਾ ਜੀ, ਇੱਥੋਂ ਭੱਜਣਾ ਨਹੀਂ ਚਾਹੀਦਾ ਅਤੇ ਸਮਾਜ ਨੂੰ ਇਸ ਤੋਂ ਅੱਗੇ ਨਿਕਲਣਾ ਚਾਹੀਦਾ ਜੀ। ਦਾਦੀ ਦੀ ਅਸੀਂ ਪੂਰੀ ਮਦਦ ਕਰਾਂਗੇ, ਅਸੀਂ ਦਾਦੀ ਜੀ ਨੂੰ ਕਹਿ ਦਿੱਤਾ ਕਿ ਜੋ ਰਾਸ਼ਨ ਪਾਣੀ ਦੀ ਲੋੜ, ਜੋ ਦਵਾਈਆਂ ਦੀ ਲੋੜ ਪਏਗੀ ਅਸੀਂ ਆਪਣੇ ਤੌਰ 'ਤੇ ਉਹਨਾਂ ਨੂੰ ਨਿਭਾਵਾਂਗੇ ਅਤੇ ਹਰ ਚੀਜ਼ ਨੂੰ ਉਹਨਾਂ ਨੂੰ ਮੁਲਾਜ਼ਾ ਕਰਾਵਾਂਗੇ। ਪ੍ਰਕਾਸ਼ ਕੌਰ, ਮੇਰੇ ਮੁਹੱਲੇ ਵਾਲੇ ਬੜਾ ਸਾਥ ਦਿੱਤਾ, ਮੇਰੀ ਧੀ ਆਪਣੇ ਘਰ ਚਲੀ ਗਈ, ਹੋਰ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਬਸ ਆਪਣਾ ਮੁਹੱਲੇ ਵਾਲੇ ਦਾ ਪਿਆਰ ਭਰਾਵਾਂ ਦਾ ਪਿਆਰ ਚਾਹੀਦਾ। ਆਸਰਾ ਤੁਸੀਂ ਕਹੋ ਖੜਾ ਪੂਜਾ ਪੂਜਾ ਆਪਣੇ ਘਰ ਗਈ। ਦੇਖੋ ਜੀ, ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ। ਮੈਂ ਕਹਿੰਦਾ ਵੀ ਅੱਜ ਜੋ ਕੰਮ ਇੱਥੇ ਸ਼ਮਸ਼ਾਨ ਘਾਟ 'ਚ ਹੋਇਆ ਵਾ, ਕਦੀ ਪਹਿਲਾਂ ਵੇਖਣ ਨੂੰ ਨਹੀਂ ਮਿਲਿਆ। ਆਪਣਾ ਮੋਹਕਮਪੁਰਾ ਜੋੜਾ ਫਾਟਕ ਵਿਖੇ ਇੱਕ ਸ਼ਮਸ਼ਾਨ ਘਾਟ ਹੈ, ਜਿੱਥੇ ਇੱਕ ਦਾਦੀ ਪੋਤੀ ਰਹਿੰਦੇ ਸੀ। ਬਹੁਤ ਗਰੀਬ ਪਰਿਵਾਰ ਦੇ ਨੇ, ਕੋਈ ਕਮਾਈ ਦਾ ਸਾਧਨ ਨਹੀਂ ਹੈ, ਅਤੇ ਦਾਦੀ ਜੀ ਦੀ ਉਮਰ ਵੀ ਕਾਫੀ ਲੰਬੀ ਹੋ ਚੁੱਕੀ ਹੈ, ਬਹੁਤ ਵੱਡੇ ਉਮਰ ਦੇ ਨੇ। ਅਤੇ ਉਹ ਇਲਾਕਾ ਨਿਵਾਸੀਆਂ ਨੇ ਇੱਕ ਮਤਲਬ ਮੁੰਡਾ ਚੰਗਾ ਲੱਭ ਕੇ ਉਹਦਾ ਰਿਸ਼ਤਾ ਕੀਤਾ, ਅਤੇ ਅੱਜ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ, ਕੁਝ ਸਾਡੇ ਭਰਾ ਬੈਠੇ ਨੇ ਸਾਡੇ ਕੋਲ, ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਉਸ ਬੇਟੀ ਦਾ ਵਿਆਹ ਕੀਤਾ ਗਿਆ ਹੈ। ਸਰ, ਇਹ ਜਿਹੜੀ ਬੇਟੀ ਦਾ ਅੱਜ ਵਿਆਹ ਹੋਇਆ ਜੀ, ਇਹ ਅਸੀਂ ਕਾਫੀ ਸਮੇਂ ਤੋਂ ਮਤਲਬ ਇੱਕ ਸ਼ਮਸ਼ਾਨ ਘਾਟ ਵਾ ਬਿੱਲੇ ਵਾਲਾ ਚੌਂਕ ਮੋਹਕਮਪੁਰਾ, ਜੋੜੇ ਫਾਟਕ ਤੋਂ ਅੱਗੇ ਆਓ ਅਤੇ ਬਿੱਲੇ ਵਾਲਾ ਚੌਂਕ ਮੋਹਕਮਪੁਰਾ ਇੱਕ ਪੜਦਾ, ਉੱਥੇ ਇਹ ਬਹੁਤ ਗਰੀਬ ਪਰਿਵਾਰ, ਇੱਕ ਦਾਦਾ ਦਾਦੀ ਅਤੇ ਉਹਨਾਂ ਦੀ ਪੋਤੀ ਕਾਫੀ ਸਮੇਂ ਦੇ ਉੱਥੇ ਰਹਿੰਦੇ ਆ ਰਹੇ ਨੇ। ਉਸ ਤੋਂ ਬਾਅਦ ਥੋੜ੍ਹੀ ਦੇਰ ਪਹਿਲਾਂ ਨੇ ਦਾਦਾ ਜੀ ਦੀ ਡੈਥ ਹੋ ਗਈ ਹੈ, ਅਤੇ ਦਾਦੀ ਦੇ ਪੋਤੀ ਰਹਿ ਗਏ, ਅਤੇ ਇਹਨਾਂ ਦਾ ਮਤਲਬ ਕੋਈ ਸਹਾਰਾ ਨਹੀਂ ਸੀ। ਅਤੇ ਅੱਜ ਸਾਡੇ ਮੁਹੱਲੇ ਵਾਲਿਆਂ ਨੇ ਸਾਰਿਆਂ ਨੇ ਇਕੱਤਰ ਹੋ ਕੇ, ਅਤੇ ਕੋਈ ਸਾਡੇ ਪ੍ਰਧਾਨਗੀਆਂ 'ਚ ਸਾਡੇ ਕੋਲ ਆ ਕੇ, ਅਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਕੱਤਰਿਤ ਹੋ ਕੇ ਅਤੇ ਇੱਕ ਮਤਲਬ ਪਰਿਵਾਰ ਵਧੀਆ ਜਿਹਾ ਲੱਭਿਆ, ਅਤੇ ਉੱਥੋਂ ਇੱਕ ਲੜਕੇ ਨੂੰ ਪਸੰਦ ਕਰਕੇ ਇੱਕ ਲੜਕੀ ਦਾ ਅੱਜ ਸਰ ਵਿਆਹ ਰੱਖਿਆ ਗਿਆ ਇੱਥੇ। ਅਤੇ ਇਹ ਵਿਆਹ ਸਾਡਾ ਸਰ ਇੱਕ ਇਹੋ ਜਿਹੀ ਮਤਲਬ ਕਿ ਇੱਕ ਗੱਲ ਬੜੀ ਖਾਸੀਅਤ ਹੈਗੀ ਹੈ ਕਿ ਇਹ ਜਿਹੜੀ ਸ਼ਾਦੀ ਅੱਜ ਕੀਤੀ ਗਈ ਬੇਟੀ ਦੀ, ਇਹ ਇੱਕ ਸ਼ਮਸ਼ਾਨ ਘਾਟ ਦੇ ਕੀਤੀ ਗਈ ਹੈ, ਕਿਉਂਕਿ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਲੋਕ ਉਹਦੇ ਲਾਗੋਂ ਲੰਘਣਾ ਵੀ ਇੱਕ ਪਰੇਸ਼ਾਨ ਹੋ ਜਾਂਦੇ ਗਾ, ਆਪਾਂ ਇੱਥੋਂ ਨਹੀਂ ਲੰਘਣਾ, ਇੱਥੋਂ ਜਾਣਾ ਨਹੀਂ, ਦੂਰ ਦੂਰ ਰਹਿੰਦੇ ਨੇ। ਪਰ ਅੱਜ ਇੱਕ ਸ਼ਮਸ਼ਾਨ ਘਾਟ ਦੇ 'ਚ ਇੱਕ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਗਿਆ ਵਾ ਕਿ ਸ਼ਮਸ਼ਾਨ ਘਾਟ ਦੇ 'ਚ ਇੱਕ ਬੇਟੀ ਸ਼ਾਦੀ ਗਈ ਆ। ਸਭ ਤੋਂ ਵੱਡੀ ਗੱਲ, ਮੈਂ ਇੱਕ ਬੜਾ ਖੁਸ਼ ਹੋਇਆ ਕਿ ਜਦੋਂ ਉਸ ਲੜਕੇ ਦੀ ਬਰਾਤ ਇੱਥੇ ਆਈ ਤਾਂ ਬਰਾਤ ਸਿੱਧੀ ਸ਼ਮਸ਼ਾਨ ਘਾਟ ਦੇ ਗੇਟ ਦੇ ਅੰਡਰ ਹੋ ਗਈ, ਅੰਦਰ ਆਈ ਸਿੱਧੀ ਅਸੀਂ ਬੜੇ ਸਾਰੇ ਮੁਹੱਲੇ ਵਾਲੇ ਖੁਸ਼ ਹੋਏ ਕਿ ਉਹਨਾਂ ਨੇ ਮਤਲਬ ਕਿ ਦੁਨੀਆ ਨੂੰ ਪਰੇ ਕਰਕੇ ਅਤੇ ਇੱਕ ਸ਼ਮਸ਼ਾਨ ਘਾਟ ਦੇ 'ਚ ਆਪਣੀ ਬਰਾਤ ਨੂੰ ਸਿੱਧਾ ਐਂਟਰ ਕੀਤਾ, ਅਤੇ ਬਰਾਤ ਦੇ ਬਿਲਕੁਲ ਮਤਲਬ ਸ਼ਮਸ਼ਾਨ ਘਾਟ ਦੇ ਬਿਲਕੁਲ ਇਰਦ ਗਿਰਦ ਦੇ ਜਿਹੜੇ ਮੁਹੱਲਾ ਨਿਵਾਸੀ ਨੇ, ਸਾਰਿਆਂ ਨੇ ਇਕੱਤਰ ਹੋ ਕੇ ਵਿਆਹ ਨੂੰ ਇਸ ਤਰੀਕੇ ਨਾਲ ਮਤਲਬ ਕਿ ਨਿਭਾਇਆ ਕਿ ਕੋਈ ਪੈਲਸ ਜਾਂ ਕਿਤੇ ਵੀ ਸੰਸਥਾ ਵੱਲੋਂ ਕੁਛ ਨਹੀਂ, ਐਡਾ ਤਰੀਕੇ ਨਾਲ ਵਿਆਹ ਨੂੰ ਨਿਭਾਇਆ ਗਿਆ, ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਕੀਤੀ ਗਈ। ਉਹ ਬਜ਼ੁਰਗ ਮਾਤਾ ਜੋ ਕਿ ਇਸ ਵੇਲੇ ਇੱਥੇ ਆ, ਉਹਦੇ ਦਿਮਾਗ ਦੇ ਵਿੱਚ ਮਨ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਮੇਰੀ ਪੋਤੀ ਗਈ, ਕਿਉਂਕਿ ਉਹਨੂੰ ਪਤਾ ਨਹੀਂ ਕਿੰਨੇ ਕਿ ਆਪਣੇ ਰਿਸ਼ਤੇਦਾਰ, ਆਪਣੇ ਪੁੱਤ ਪਰਿਵਾਰ ਸਾਰੇ ਮਿਲ ਗਏ ਨੇ, ਉਹ ਬਹੁਤ ਖੁਸ਼ ਨੇ।